ਪ੍ਰਿੰਸੀਪਲ ਸਰਵਨ ਸਿੰਘ ਦੀ ਪੁਸਤਕ ਪੰਜਾਬ ਦੇ ਕੋਹਿਨੂਰ ਦਾ ਪਹਿਲਾ ਲੇਖ ਨਵੇਂ ਪੰਜਾਬ ਦਾ ਨਿਰਮਾਤਾ ਦਾ ਦੂਸਰਾ ਭਾਗ 1982 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਥੋਂ ਲਿਖਵਾਈ ਕਿਤਾਬ ਪੰਜਾਬੀ ਖਿਡਾਰੀ ਡਾਕਟਰ ਰੰਧਾਵਾ ਤੋਂ ਰਿਲੀਜ਼ ਕਰਵਾਈ ਸੀ ਉੱਥੇ ਮੈਨੂੰ ਦੂਜੀ ਵਾਰ ਉਹਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਗੱਲਾਂ ਬਾਤਾਂ ਵੀ ਹੋਈਆਂ ਉਹਨੇ ਮੈਨੂੰ ਸਲਾਹ ਦਿੱਤੀ ਕਿ ਖੇਡਾਂ ਖਿਡਾਰੀਆਂ ਦੀਆਂ ਗੱਲਾਂ ਬਾਤਾਂ ਟੀਵੀ ਤੋਂ ਵੀ ਕਰਿਆ ਕਰਾ ਉਨੇ ਕਿਉਂ ਟੀਵੀ ਵਾਲਿਆਂ ਨੂੰ ਸਿਫਾਰਿਸ਼ ਕਰ ਦੇਗਾ ਪਰ ਮੈਂ ਮੌਕਾ ਨਾ ਸੰਭਿਆ ਤੇ ਉਸ ਪਾਸੇ ਨਾ ਜਾ ਸਕਿਆ ਇਹ ਮੇਰੀ ਬਦਕਿਸਮਤੀ ਰਹੀ ਵਰਨਾ ਡਾਕਟਰ ਰੰਦਾਵਾ ਖੁਦ ਸਿਫਾਰਿਸ਼ ਕਰਨਦੀ ਪੇਸ਼ਕਾਸ਼ ਕਰੇ ਤਾਂ ਹੋਰ ਕੀ ਚਾਹੀਦਾ ਸੀ ਬਾਅਦ ਚ ਡਾਕਟਰ ਰੰਦਾਵੇ ਨੂੰ ਪੰਜਾਬੀ ਸਾਇਤ ਅਕੈਡਮੀ ਦੇ ਪ੍ਰਧਾਨ ਵਜੋਂ ਕਈ ਵਾਰ ਵੇਖਿਆ ਪਰ ਮੇਰੀਆਂ ਸਿੱਧੀਆਂ ਗੱਲਾਂ ਨਾ ਹੋਈਆਂ ਹੁਣ ਜਿਹਦਾ ਜਲੌ ਹਰ ਵਾਰ ਦਿਸਦਾ ਉਹ ਗੰਭੀਰਤਾ ਨਾਲ ਗੱਲਾਂ ਕਰਦਾ ਹਾਸਾ ਗਾਇਬ ਹੁੰਦਾ ਇੱਕ ਦਿਨ ਅਸੀਂ ਵਾਸ਼ਰੂਮ ਵੱਲ ਇਕੱਠੇ ਗਏ ਬਦਬੂ ਆਉਂਦੀਆਂ ਕਹਿਣ ਲੱਗਾ ਕਿੰਨੇ ਗੰਦੇ ਹਨ ਮੈਂ ਉਹਦੇ ਨੇੜੇ ਖੜਾ ਸੀ ਜਿਸ ਕਰਕੇ ਮੈਨੂੰ ਹੀ ਕਿਹਾ ਬੁਲਾ ਕਿਸੇ ਸੇਵਾਦਾਰ ਨੂੰ ਮੈਂ ਸੇਵਾਦਾਰ ਸਦਕੇ ਸਫਾਈ ਕਰਵਾਈ ਉਹ ਖੜੇ ਪੈਰ ਕੰਮ ਕਰਾਉਣ ਵਾਲਾ ਬੰਦਾ ਸੀ ਫਿਰ ਐਸਾ ਸਮਾਂ ਆਇਆ ਜਦੋਂ ਪੰਜਾਬ ਚ ਜਿਉਣਾ ਦੁੱਭਰ ਹੋ ਗਿਆ ਮਾਰ ਢਾੜ ਦਾ ਹੱਦ ਬੰਨਾ ਨਾ ਰਿਹਾ ਅੱਗੇ ਵੱਧਦਾ ਪੰਜਾਬ ਕਈ ਦਹਾਕੇ ਪਛੜ ਗਿਆ ਡਾਕਟਰ ਰੰਦਾਵੇ ਨੇ 47 ਵਿੱਚ ਦਿੱਲੀ ਦੇ ਡਿਪਟੀ ਕਮਿਸ਼ਨਰ ਵੱਜੋਂ ਜਨੂਨੀਆਂ ਤੇ ਗੁੰਡਿਆਂ ਦੀ ਮਾਰ ਢਾੜ ਤੇ ਕਾਬੂ ਪਾ ਲਿਆ ਸੀ ਪਹਿਲਾਂ ਯੂਪੀ ਦੇ ਤੁੱਤਨਖਾਂ ਵਰਗੇ ਬਦਮਾਸ਼ ਸੌਦੇ ਸਨ ਜੇ ਅਕਤੂਬਰ ਨਵੰਬਰ 84 ਜੋ ਦਿੱਲੀ ਦਾ ਐਡਮਿਨਿਸਟਰेटर ਹੁੰਦਾ ਤਾਂ ਇੱਕ ਵੀ ਸਿੱਖ ਅਨਿਆਈ ਮੌਤ ਨਾ ਮਰਨ ਦਿੰਦਾ ਕਾਸ਼ ਪੰਜਾਬ ਦੇ ਦਹਿਸ਼ਤੀ ਦੌਰ ਸਮੇਂ ਦਿੱਲੀ ਦੇ ਪੰਜਾਬ ਦੇ ਸਿਆਸਤਦਾਨ ਡਾਕਟਰ ਮਿੰਦਰ ਸਿੰਘ ਰੰਦਾਵੇ ਨੂੰ ਪੰਜਾਬ ਦਾ ਗਵਰਨਰ ਲਾਉਣ ਲਈ ਸਹਿਮਤ ਹੋ ਜਾਂਦੇ ਫਿਰ ਪੰਜਾਬ ਉਹ ਨਹੀਂ ਸੀ ਹੋਣਾ ਜੋ ਅੱਜ ਹੈ ਪੰਜਾਬ ਰੰਗਲਾ ਹੋਣਾ ਸੀ ਕੰਗਲਾ ਨਹੀਂ ਅਜੂਈ ਪੰਜਾਬ ਨੂੰ ਡਾਕਟਰ ਰੰਦਾ ਵਿਵਰਗੇ ਕਰਨੀ ਵਾਲੇ ਬੰਦਿਆਂ ਦੀ ਲੋੜ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਬੋਦਲਾ ਉਹਦਾ ਜੱਦੀ ਪੁਛਤੀ ਪਿੰਡ ਹੈ। ਉਹਦੇ ਬਚਪਨ ਤੇ ਜਵਾਨੀ ਦਾ ਜੋ ਸਮਾਂ ਬੋਦਲਾ 'ਚ ਬੀਤਿਆ ਉਹਦੀਆਂ ਯਾਦਾਂ 'ਚ ਸਮਾ ਗਿਆ ਸੀ। ਡਾਕਟਰ ਰੰਦਾਵਾ ਨੇ ਪੁਸਤਕ ਆਪ ਬੀਤੀ 'ਚ ਉਹਦਾ ਜ਼ਿਕਰ ਖੁੱਭ ਕੇ ਕੀਤਾ ਹੈ। ਹਰ ਮਹੀਨੇ ਤੇ ਹਰ ਰੁੱਤੇ ਇਸ ਪਿੰਡ ਦੇ ਇਲਾਕੇ ਤੇ ਬਦਲਦੇ ਨਜ਼ਾਰੇ ਬੜੇ ਮਨਪੌਣੇ ਸਨ। ਬਰਸਾਤ ਵਿੱਚ ਜਦ ਚਾਰੇ ਪਾਸਿਓਂ ਕੰਕੌਰ ਕਾਲੀਆਂ ਘਟਾਵਾਂ ਉੱਠਦੀਆਂ ਬੱਦਲਾਂ ਦੀ ਗਰਜ ਸੁਣ ਕੇ ਮੋਰ ਚਾਰੇ ਪਾਸਿਓਂ ਕਿਆਉਂ ਕਿਆਉਂ ਦਾ ਖੰ ਲਮਚਾ ਦਿੰਦੇ। ਰਾਤ ਵੇਲੇ ਡੱਡੂਆਂ ਦੀ ਗੜੈਂ-ਗੜੈਂ ਸਾਰੀ ਹਵਾ ਨੂੰ ਭਰ ਦਿੰਦੀ ਤੇ ਜਦ ਡੱਡੂ ਹਟ ਜਾਂਦੇ ਤਾਂ ਬਿੰਡੇ ਆਪਣਾ ਟੀਂ-ਟੀਂ ਦਾ ਰਾਗ ਛੇੜ ਲੈਂਦੇ। ਰਾਤ ਨੂੰ ਪਿੱਪਲ ਹੀਟ ਛੱਪੜੀ ਤੇ ਜੁਗਨੂਆਂ ਦਾ ਨਾਚ ਸ਼ੁਰੂ ਹੋ ਜਾਂਦਾ ਤੇ ਇੰਜ ਲੱਗਦਾ ਜਿਵੇਂ ਤਾਰਿਆਂ ਦਾ ਮੇਹ ਪੈ ਰਿਹਾ ਹੋਵੇ। ਦਿਨੇ ਠੰਡੇ ਪਾਣੀ ਨਾਲ ਨਹਾਉਣ ਦਾ ਸੁਆਦ ਤੇ ਰਾਤ ਨੂੰ ਕੋਠੇ ਦੀ ਛੱਤ ਤੇ ਸੌਣ ਦਾ ਆਨੰਦ। ਮੰਜੇ ਤੇ ਪੈ ਕੇ ਚੰਨ ਤਾਰਿਆਂਵਲ ਵੇਖਣਾ ਤੇ ਵੇਖ-ਵੇਖ ਨਾ ਰੱਜਣਾ। ਚੰਨ ਦਾ ਅਸਮਾਨ 'ਚ ਰੋਜ਼ਾਨਾ ਸਫ਼ਰ ਬੜਾ ਸੁਹਾਵਣਾ ਹੁੰਦਾ ਪਹਾੜਾਂ ਦੇ ਪਿੱਛੋਂ ਕੜ ਚੋਂ ਧੁੰਦਲੀ ਜੀ ਰੌਸ਼ਨੀ ਦਿਸਣੀ ਹੌਲੀ-ਹੌਲੀ ਤੇਜ਼ ਹੋਣੀ ਤੇ ਸਾਰੇ ਅਸਮਾਨ 'ਚ ਫੈਲ ਜਾਣੀ ਚੰਨ ਤੇ ਬੱਦਲਾਂ ਦੀ ਲੁਕਣ ਮੀਟੀ ਨੇ ਹੋਰ ਵੀ ਸਵਾਦ ਦੇਣਾ ਧਰੂ ਤਾਰੇ ਤੇ ਸਤ ਰਿਸ਼ੀਆਂ ਨੂੰ ਉੱਤਰੀ ਆਕਾਸ਼ 'ਚ ਬੜੀ ਰੀਜ ਨਾਲ ਵੇਖਣਾ ਤੇ ਧਰੂ ਭਗਤ ਦੀ ਕਹਾਣੀ ਯਾਦ ਹੋਣੀ ਛੜਿਆਂ ਦੇ ਰਾਹ ਨੇ ਹਨੇਰੀ ਰਾਤ 'ਚ ਹੋਰ ਵੀ ਚਮਕਣਾ ਇਹਨਾਂ ਹੁਸ਼ਿਆਰਪੁਰੀ ਪਿੰਡਾਂ ਦਾ ਪਾਣੀ ਵੀ ਨਿਯਮਤ ਹੈ ਗਰਮੀਆਂ 'ਚ ਵੀ ਇੰਨਾ ਠੰਡਾ ਕਿੰਨਾ ਹੋ ਤਾਂ ਅੰਬਾਂ ਲੱਗਣ ਲੱਗ ਜਾਈਂ ਅੰਬਾਂ ਨੂੰ ਠੰਡੇ ਕਰਕੇ ਰੱਜ ਕੇ ਚੂਪਣਾ ਕੋਈ ਖੱਟ ਮਿੱਠਾ ਕੋਈ ਖੱਟਾ ਕੋਈ ਸੌਫੀਆ ਮੁਸਲਮਾਨਾਂ ਦੇ ਬਹਿਸ਼ਤ ਵਿੱਚ ਹੂਰਾਂ ਤੇ ਪਾਣੀ ਦੇ ਚਸ਼ਮੇ ਦੱਸੇ ਜਾਂਦੇ ਐ ਸਾਡੇ ਹੁਸ਼ਿਆਰ ਪੁਰੀਆਂ ਦੀ ਬਹਿਸ਼ਤ ਦੇ ਮਿੱਠੇ ਅੰਬਾਂ ਨੂੰ ਕਿਹੜੀ ਚੀਜ਼ ਮਾਤ ਪਾ ਸਕਦੀ ਐ ਸਾਡੇ ਮੁਸਲਮਾਨ ਭਰਾਵਾਂ ਨੂੰ ਪਤਾ ਨਹੀਂ ਅਗਲੇ ਜਨਮ ਹੂਰਾਂ ਲੱਭਣ ਕੇ ਨਾ ਲੱਭਣ ਪਰ ਬਹਿਸ਼ਤ ਤਾਂ ਸਾਡੇ ਕੋਲ ਐ ਤੇ ਹਰ ਸਾਲ ਸਾਵਣ ਭਾਦੋਂ ਦੇ ਮਹੀਨਿਆਂ 'ਚ ਇਹਨੂੰ ਮਾਣ ਸਕਦੇ ਆਂ ਕੰਮਾਂ ਤੇ ਫਿਕਰਾਂ ਦੇ ਭੰਨੇ ਹੋਏ ਤੇ ਸ਼ਹਿਰਾਂ ਤੋਂ ਅੱਕੇ ਹੋਏ ਕਈ ਆਦਮੀ ਮੈਨੂੰ ਪੁੱਛਦੇ ਐ ਸਾਡੀ ਬਿਮਾਰੀ ਦਾ ਕੀ ਇਲਾਜ ਐ ਸਾਡੀ ਰੂਹ ਨੂੰ ਸਕੂਨ ਕਿਵੇਂ ਮਿਲ ਸਕਦਾ ਐ ਇਹਨਾਂ ਨੂੰ ਮੈਂ ਇਹੋ ਸਲਾਹ ਦਿੰਨਾ ਜਾਓ ਹੁਸ਼ਿਆਰਪੁਰ ਦੇ ਬਾਗਾਂ 'ਚ 15 ਦਿਨਾਂ ਬਚੁੱਪੋ ਤੇ ਭੁੱਲ ਜਾਓ ਕਿ ਤੁਸੀਂ ਪੜੇ ਲਿਖੇ ਹੋ ਡਾਕਟਰ ਰੰਧਾਵਾ ਨੇ ਜਵਾਨ ਹੋ ਰਹੇ ਮੁੰਡੇ ਕੁੜੀਆਂ ਦੀ ਕੁਦਰਤੀ ਖਿੱਚ ਬਾਰੇ ਵੀ નિਸ਼ੰਗ ਲਿਖਿਆ ਮੁੰਡਿਆਂ ਕੁੜੀਆਂ ਦੇ ਮੇਲ ਗੁਰਦੁਆਰਿਆਂ ਦੀ ਮਸਿਆ ਤੇ ਸੰਗਰਾਮ ਤੇ ਹੁੰਦੇ ਗਰਨਾ ਸਾਹਿਬ ਦੀਵਾਨ ਲੱਗਣਾ ਤੇ ਇੱਕ ਪਾਸੇ ਕੁੜੀਆਂ ਤੇ ਤੀਵੀਆਂ ਦੀਆਂ ਟੋਲੀਆਂ ਨੇ ਬੈਠਣਾ ਉਹਨਾਂ ਦੇ ਸਾਹਮਣੇ ਮੁੰਡਿਆਂ ਤੇ ਆਦਮੀਆਂ ਨੇ ਬਜ਼ੁਰਗਾਂ ਦਾ ਧਿਆਨ ਸ਼ਾਇਦ ਪਾਠ ਸੁਣਨ 'ਚ ਹੋਵੇ ਪਰ ਮੁੰਡੇ ਕੁੜੀਆਂ ਤਾਂ ਇੱਕ ਦੂਜੇ ਨੂੰ ਦੇਖਣ ਹੀ ਜਾਂਦੇ ਜਿਹੜਾ ਜਿਹਨੂੰ ਪਸੰਦ ਕਰਦਾ ਉਹਦੇ ਵੱਲ ਟਿਕ ਟਿਕੀ ਲਾ ਕੇ ਵੇਖਦਾ ਰਹਿੰਦਾ ਪਿੰਡ ਦੀ ਪੱਠੀ ਉੱਤੇ ਝਿਉਰੀ ਦਾਣੇ ਭੁੰਨਣ 'ਚ ਮਸਰੂਫ ਰਹਿੰਦੀ ਤੇ ਮੁੰਡੇ ਕੁੜੀਆਂ ਅੱਖਾਂ ਗਰਮਾਉਣ ਵਿੱਚ ਡਾਕਟਰ ਰੰਧਾਵਾ ਦਾ ਕਥਨ ਹੈ ਜ਼ਿੰਦਗੀ 'ਚ ਸੈਕਸ ਬਹੁਤ ਜ਼ਰੂਰੀ ਚੀਜ਼ ਹੈ ਜਿਵੇਂ ਦੀਵੇ ਦੀ ਲੋ ਹੁੰਦੀ ਹੈ ਇਸੇ ਤਰ੍ਹਾਂ ਹੀ ਹੈ ਸੈਕਸ ਇਸ ਵਿੱਚੋਂ ਆਤਮਾ ਨਿਕਲਦਾ ਹੈ ਇਸੇ ਵਿੱਚੋਂ ਸਾਹਿਤ ਨਿਕਲਦਾ ਹੈ ਇਸੇ ਤੋਂ ਬਹਾਦਰੀ ਜਿਸ ਆਦਮੀ 'ਚ ਇਹ ਚੀਜ਼ ਨਹੀਂ ਉਹ ਪੂਰਾ ਆਦਮੀ ਨਹੀਂ ਭਲਾ ਦੱਸੋ ਖੁਸਰਾ ਕਦੇ ਰਾਈਟਰ ਬਣਿਆ ਕਦੇ ਬਹਾਦਰ ਬਣਿਆ ਸੈਕਸ ਸਾਰੀਆਂ ਸ਼ਕਤੀਆਂ ਦਾ ਸੋਮਾ 1924 'ਚ ਮੈਟ੍ਰਿਕ ਦੇ ਮਤਾਂ ਚੋਂ ਮਹਿੰਦਰ ਸਿੰਘ ਨੇ 520 ਤੇ ਰਜਿੰਦਰ ਸਿੰਘ ਨੇ 519 ਨੰਬਰ ਲੈ ਕੇ ਹਾਈ ফার্স্ট ਡਿਵੀਜ਼ਨ ਲਈ ਐਫਐਸਸੀ ਫੋਰਮੈਨ 크੍ਰਿਸਚੀਅਨ ਕਾਲਜ ਲਾਹੌਰ ਤੋਂ ਕਰਕੇ ਅੱਗੇ ਪੜਨ ਲਈ ਸਰਕਾਰੀ ਕਾਲਜ ਲਾਹੌਰ ਚ ਦਾਖਲਾ ਲੈ ਲਿਆ। ਉੱਥੋਂ 1930 ਚ ਬੋਟਨੀ ਦੀ ਐਮ ਐਸ ਸੀ ਆਨਰਸ ਕੀਤੀ। ਇੰਜ ਉਹਨੂੰ ਸਿੱਖ, ਆਰਿਆਸਮਾਜੀ, ਈਸਾਈ ਤੇ ਸੈਕੂਲਰ ਸਭ ਵਰਗਾਂ ਦੇ ਸਕੂਲਾਂ ਕਾਲਜਾਂ ਚ ਪੜਨ ਦਾ ਤਜਰਬਾ ਹਾਸਲ ਹੋ ਗਿਆ। ਇਸ ਨਾਲ ਸਾਰੇ ਧਰਮਾਂ ਦੇ ਅਸੂਲਾਂ ਦੀ ਵਕਫੀ ਹੋ ਗਈ। ਉਹਨੂੰ ਅਨੁਭਵ ਹੋਇਆ ਕਿ ਸਾਰੇ ਮਜ਼ਬ ਰੱਬ ਦੀ ਪਾਲ ਕਰਦੇ ਆ ਤੇ ਉਹਨਾਂ ਨੇ ਰੱਬ ਦੇ ਨਾਂ ਹੀ ਵੱਖੋ ਵੱਖਰੇ ਰੱਖੇ ਹੋਏ ਆ। ਮਜ਼ਬ ਮਜ਼ਹਬਾਂ ਦਾ ਮਰਕਜ਼ ਤਾਂ ਇੱਕ ਹੈ। ਪਰ ਹਰ ਮਜ਼ਬ ਨੇ ਆਪਣੇ ਭਾਈਆਂ ਪੰਡਤਾ ਮੁੱਲਾਂ ਦੇ ਪਾਦਰੀਆਂ ਦੀਆਂ ਫੌਜਾਂ ਬਣਾਈਆਂ ਹੋਈਆਂ ਤੇ ਉਹਨਾਂ ਦੇ ਕਰਮਕਾਂਡ ਘੜੇ ਹੋਏ ਆ ਆਖਰ 'ਚ ਬਹੁਤ ਸਾਰੇ ਲੋਕ ਧਰਮ ਭੁੱਲ ਜਾਂਦੇ ਆ ਤੇ ਰਸਮਾਂ 'ਚ ਹੀ ਆਪਣੇ ਮਨ ਦੀ ਤਸੱਲੀ ਕਰਦੇ ਆ ਬਾਇਓਲੋਜੀ ਦੀ ਪੜ੍ਹਾਈ ਨੇ ਉਹਦੀਆਂ ਅੱਖਾਂ ਖੋਲ੍ਹ ਦਿੱਤੀਆਂ ਇਹਦੇ ਪੜ੍ਹਨ ਤੋਂ ਪਤਾ ਲੱਗਾ ਕਿ ਜੀਵਨ ਦੀ ਉਤਪਤੀ ਤੇ ਵਿਕਾਸ ਕਿਵੇਂ ਹੋਇਆ ਹੌਲੀ-ਹੌਲੀ ਕੋਈ 200 ਕਰੋੜ ਸਾਲਾਂ ਵਿੱਚ ਜੀਵਨ ਤਰੱਕੀ ਕਰਦਾ ਆਦਮੀ ਦੀ ਜੂਨ ਤੱਕ ਪਹੁੰਚਿਆ ਸਭ ਤੋਂ ਪਹਿਲਾਂ ਜੀਵਨ ਸੁੰਦਰਾਾਂ ਚ ਪੈਦਾ ਹੋਇਆ ਸੀ ਉੱਥੋਂ ਕੀੜਿਆਂ ਗੰਡ ਗਡੋਆਂ ਮੱਛੀਆਂ ਦੀ ਜੂਨ ਤੱਕ ਪਹੁੰਚਿਆ ਫਿਰ ਜ਼ਿੰਦਗੀ ਡੱਡੂਆਂ ਦੀ ਜੂਨ ਚਾਈ ਧਰਤੀ ਤੇ ਆ ਗਈ ਕਿਰਲੀਆਂ ਦੀ ਜੂਨ ਤੋਂ ਤਰੱਕੀ ਕਰਦੀ ਦੁੱਧ ਚੰਗਾਉਣ ਵਾਲੇ ਜਾਨਵਰਾਂ ਤੇ ਪੰਛੀਆਂ ਦੀ ਜੂਨ ਚਾਈ ਛਛੂਦਰਾਾਂ ਟਾਰਸੀਅਸ ਬਾਂਦਰਾਂ ਤੋਂ ਚੱਲਣ ਫਿਰਨ ਵਾਲੇ ਬਾਂਦਰਾਂ ਤੱਕ ਪਹੁੰਚੀ ਕਿ ਹੌਲੀ ਹੌਲੀ 2 ਕਰੋੜ ਸਾਲਾਂ ਚ ਆਦਮੀ ਦੀ ਜੂਨ ਤਾਈ ਪਹੁੰਚੀ ਡਾਕਟਰ ਰੰਦਾਵੇ ਨੇ ਲਿਖਿਆ ਕਿ ਲਾਹੌਰ ਪੜਦੇ ਆ ਸਾਨੂੰ ਤਿੰਨਾਂ ਮਹੀਨਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਇਹ ਛੁੱਟੀਆਂ ਸੀ ਪਿੰਡ 'ਚ ਹੀ ਬਤੀਤ ਕਰਦੇ ਮੈਂ ਦੇਖਿਆ ਕਿ ਪਹਿਲੇ 15 ਦਿਨ ਸੁਪਨੇ ਅੰਗਰੇਜ਼ੀ ਚ ਆਉਂਦੇ ਅਗਲੇ 15 ਦਿਨ ਸੁਪਨਿਆਂ ਦੀ ਬੋਲੀ ਮਿੱਠੀ ਕੁਲੀ ਹੋ ਜਾਂਦੀ ਅੱਧੀ ਅੰਗਰੇਜ਼ੀ ਅੱਧੀ ਪੰਜਾਬੀ ਤੀਜੇ ਮਹੀਨੇ ਦਿਮਾਗ ਤੋਂ ਅੰਗਰੇਜ਼ੀ ਦੀ ਤੈਅ ਬਿਲਕੁਲ ਉਤਰ ਜਾਂਦੀ ਤੇ ਸੁਪਨਿਆਂ ਦੀ ਬੋਲੀ ਨਿਰੋਲ ਪੰਜਾਬੀ ਹੋ ਜਾਂਦੀ ਮੈਂ ਕਦੇ-ਕਦੇ ਜੱਟਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਕਿ ਧਰਤੀ ਗੋਲ ਹੈ ਤੇ ਸੂਰਜ ਦਿਵਾਲੇ ਘੁੰਮਦੀ ਹੈ ਇੱਕ ਰਾਜਾ ਸਿੰਘ ਮਈਆਂ ਦਾ ਵਪਾਰੀ ਸੀ ਪਰ ਰਹਿੰਦਾ ਟੁੱਟੀ ਜੀ ਕੋਠੜੀ 'ਚ ਸੀ ਮੈਂ ਕਹਣਾ ਚਾਚਾ ਕੋਰ ਨਰਕ 'ਚ ਕਿਉਂ ਰਹਿਣਾ ਹੈ ਪੈਸਾ ਨਾਲ ਬੰਨ ਕੇ ਲੈ ਜਾਏਗਾ ਇੱਕ ਹਵਾਦਾਰ ਕੋਠਾ ਛੱਤ ਲੈ ਉਹਨੇ ਕਿਹਾ ਉਦੋਂ ਛੱਤਾਂਗਾ ਜਦੋਂ ਧਰਤੀ ਘੁੰਮਣੋਂ ਹਟ ਜਾਊ ਹੋਰ ਨਾ ਕਿਤੇ ਕੋਠੇ ਦਾ ਮੂੰਹ ਹੀ ਦੂਜੇ ਪਾਸੇ ਨਾ ਹੋ ਜਾਏ ਤੇ ਮੈਂ ਟਾਲੀਆਂ ਦੀ ਝਿੜੀ ਵਿੱਚ ਕੁਰਸੀ ਡਾਂਕੇ ਪੜਿਆ ਕਰਦਾ ਸਾਂ ਇੱਕ ਦਿਨ ਗਵਾਂਢੀ ਪਿੰਡ ਬੇਰਛੇ ਦਾ ਇੱਕ ਰੋਲ ਮੁਸਲਮਾਨ ਆਜੜੀ ਕੋਲੀ ਮੱਝਾਂ ਚਰਾ ਰਿਆ ਸੀ ਮੈਨੂੰ ਵੇਖ ਕੇ ਨੇੜੇ ਆ ਗਿਆ ਕਹਿਣ ਲਗਾ ਸਰਜਾ ਸਰਦਾਰ ਜੀ ਤੁਸੀਂ 16 ਜਮਾਤਾਂ ਤਾਂ ਕਰ ਲਈਆਂ ਹੁਣ ਹੋਰ ਵੀ ਪੜੀ ਜਾਣਾ ਮੈਂ ਉੱਤਰ ਦਿੱਤਾ ਫੱਜੂ ਅੱਜਕੱਲ ਨੌਕਰੀ ਬੜੀ ਮੁਸ਼ਕਲ ਮਿਲਦੀ ਹੈ ਸਰਦਾਰਾ ਗੱਪੀਆਂ ਵੱਲ ਦੇਖ ਲੈ ਉਹਨਾਂ ਦੇ ਦੋ ਪੁੰਡੇ ਮੁੰਡੇ ਪਟਵਾਰੀ ਆ ਤੇ ਇੱਕ ਕਾਨੂੰਗੋ ਆ ਉਹਨਾਂ ਵਾਂਗ ਤੂੰ ਨਹੀਂ ਕਾਨੂੰਗੋ ਬਣ ਸਕਦਾ ਹੋਰ ਨਹੀਂ ਤਾਂ ਮੁਛਲਾਂ ਦੇ ਮੁੰਡੇ ਆਂਗ ਬੰਕਾਂ ਦਾ ਇਨਸਪੈਕਟਰ ਹੀ ਬਣ ਜਾ ਮੈਂ ਕਿਹ ਅੱਛਾ ਸੋਚਾਂਗੇ ਸਰਦਾਰਾ ਅਸਲ ਗੱਲ ਤਾਂ ਇਹ ਆ ਤੇਰੇ ਚਾਚੇ ਨੂੰ ਚਾਹੀਦਾ ਰੁਪਈਆਂ ਦੀ ਟੋਕਰੀ ਭਰ ਕੇ ਕਿਸੇ ਵੱਡੇ ਅਫਸਰ ਨੂੰ ਦੇ ਆਵੇ ਅੱਜਕੱਲ ਵਸੀਲੇ ਤੋਂ ਬਿਨਾਂ ਨਹੀਂ ਕੋਈ ਪੁੱਛਦਾ ਮੈਂ ਗੱਲ ਟਾਲ ਕੇ ਕਿਆ ਫੱਜੂ ਇਦਾਂ ਦੀ ਹਿੰਮਤ ਆ ਮੇਰੀ ਖਾਤਰ ਤੂੰ ਹੀ ਕਰ ਚਾਚਾ ਤਾਂ ਬੜਾ ਕੰਜੂਸ ਹੈ ਸਰਦਾਰਾ ਅਸੀਂ ਤਾਂ ਗਰੀਬ ਆਦਮੀ ਹੋਏ ਇਹ ਤਾਂ ਅਮੀਰਾਂ ਦੀ ਖੇਡ ਹੈ ਅਮੀਰ ਤਾਂ ਭਾਵੇਂ ਨੇ ਤੇ ਜਲੇਬੀਆਂ ਖਾਈ ਜਾਣ ਫੱਜੂ ਬਾਣੇ ਜਲੇਬੀਆਂ ਖਾਣਾ ਹੀ ਦੁਨੀਆ 'ਚ ਸਭ ਤੋਂ ਵੱਡਾ ਸੁਆਦ ਸੀ ਫੱਜੂ ਤੋਂ ਮੈਨੂੰ ਫਾਜ਼ਿਲ ਖਾਨ ਦਾ ਇੱਕ ਰਾਏ ਸਿੱਖ ਯਾਦ ਆ ਗਿਆ ਗੱਲਾਂ ਚੱਲ ਰਹੀਆਂ ਸਨ ਮਹਾਰਾਜਾ ਰਣਜੀਤ ਸਿੰਘ ਦੀ ਅਮੀਰੀ ਦੀ ਕੋਈ ਦੱਸ ਰਿਹਾ ਸੀ ਕਿ ਉਹਦੀ ਫੌਜ ਦੇ ਘੋੜਿਆਂ ਦੀਆਂ ਕਾਠੀਆਂ ਨੂੰ ਸੋਨੇ ਦੇ ਕੋਕੇ ਲੱਗੇ ਸੀ ਰਾਏ ਸਿੱਖ ਨੇ ਕਿਹਾ ਕਿ ਮੋੜ ਮਹਾਰਾਜਾ ਰਣਜੀਤ ਸਿੰਘ ਦਾ ਕੀ ਕਹਿਣਾ ਉਹ ਤਾਂ ਸੋਨੇ ਦੇ ਕੋਕਿਆਂ ਦੀ ਤਾਂ ਭਾਵੇਂ ਗੁੜ ਦੀਆਂ ਕਾਠੀਆਂ 'ਚ ਬਣਾਉਂਦਾ ਜੇ ਛੱਜੂ ਜਲੇਬੀਆਂ ਨੂੰ ਵੱਡੀ ਅਮੀਰੀ ਸਮਝਦਾ ਸੀ ਤੇ ਰਾਇਸਿਕ ਗੁੜ ਨੂੰ ਸੋਨੇ ਤੋਂ ਵੀ ਮਹਿੰਗੀ ਸ਼ੈ ਸਮਝ ਰਿਹਾ ਸੀ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਘੋੜੀ ਲੇਲੀ ਦੀ ਕਾਠੀ ਤੇ ਸਾਜ਼ ਨੂੰ 30 ਲੱਖ ਰੁਪਏ ਦੇ ਹੀਰੇ ਜਵਾਰਾਂ ਨਾਲ ਸਜਾਇਆ ਸੀ ਡਾਕਟਰ ਰੰਦਾਵਾ ਵੇਖਣ ਨੂੰ ਭਾਵੇਂ ਗੰਭੀਰ ਦਿਸਦਾ ਸੀ ਪਰ ਹੱਸਣ ਵੇਲੇ ਖੁੱਲ ਕੇ ਹੱਸ ਵੀ ਲੈਂਦਾ ਸੀ। ਉਹਨੇ ਆਪ ਬੀਤੀ ਚ ਕਈ ਹਸੌਣੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਹਨ ਤੇ ਵਜ਼ੀਰ ਉਹਨਾਂ ਦਾ ਇੰਜ ਉੱਲੂ ਬਣਾਉਂਦੇ ਹਨ। ਆਏਗਾ ਨਾ ਦੌਣ ਜਾਏਗਾ ਕੌਣ? ਕਹਾਵਤ ਇਸ ਕਰਕੇ ਪ੍ਰਚਲਿਤ ਹੋਈ ਕਿਉਂਕਿ ਨਦੌਣ ਬੜਾ ਰੰਗੀਲਾ ਕਸਬਾ ਸੀ। ਰਾਜਾ ਸੰਸਾਰਚੰਦ ਵੇਲੇ ਉੱਥੇ 320 ਵਾ ਆਪਣਾ ਧੰਦਾ ਚਲਾਉਂਦੀਆਂ ਸੀ। ਡਾਕਟਰ ਅੰਦਾਵਾ ਇੱਕ ਵਾਰ ਕਾਂਗੜਾ ਚਿੱਤਰਾਂ ਦੀ ਖੋਜ ਭਾਲ ਚ ਨਦੌਣ ਗਿਆ ਤਾਂ ਰਾਜੇ ਦੇ ਮਹਿਮਾਨਖਾਨੇ ਚ ਬਿਸਰਾਮ ਕੀਤਾ ਪੁਰਾਣੇ ਰਾਜਿਆਂ ਬਾਰੇ ਕਈ ਦਿਲਚਸਪ ਕਹਾਣੀਆਂ ਪਰਚਲਤ ਸਨ ਨਦੌਣ ਨੇੜੇ ਗਿੱਧੜ ਬਹੁਤ ਸਨ ਜਿਹੜੇ ਰਾਤ ਨੂੰ ਖੂਬ ਪੈਰ ਵੀ ਲਾਪਦੇ ਪੋ ਦਾ ਮਹੀਨਾ ਸੀ ਨਦੌਣ ਦਾ ਰਾਜਾ ਅੰਤਰ ਸ਼ਹਿਰ ਦੇ ਮਹਿਲਾਂ ਵਿੱਚ ਸੁੱਤਾ ਪਿਆ ਸੀ ਅੱਧੀ ਰਾਤ ਹੋਈ ਤਾਂ ਗਿੱਧੜਾਂ ਨੇ ਖੂਬ ਕੋਕਾ ਮਾਰੀਆਂ ਅਗਲੀ ਸਵੇਰ ਰਾਜੇ ਨੇ ਵਜ਼ੀਰ ਨੂੰ ਬੁਲਾਇਆ ਤੇ ਪੁੱਛਿਆ ਵਜ਼ੀਰ ਰਾਤ ਨੂੰ ਗਿੱਦੜ ਕਿਉਂ ਰਹੁੰਦੇ ਸੀ ਵਜ਼ੀਰ ਬੋਲਿਆ ਜਨਾਬ ਪੋ ਦਾ ਮਹੀਨਾ ਹੈ ਕੱਕਰ ਪੈਂਦਾ ਵਿਚਾਰੇ ਪਾਲੇ ਦੇ ਭੰਨੇ ਹੋਏ ਕੂਕਦੇ ਨੇ ਰਾਜੇ ਨੇ ਹੁਕਮ ਦਿੱਤਾ ਕਿ ਉਹਨਾਂ ਨੂੰ ਕੰਬਲ ਵੰਡੇ ਜਾਣ ਉਸੇ ਰਾਤ ਹੀ ਨੌਕਰਾਂ ਨੇ ਜੰਗਲ 'ਚ ਜਿੱਥੇ ਗਿੱਦੜ ਰਹਿੰਦੇ ਸੀ ਕੁਝ ਕੰਬਲ ਕਲਾਰਤੇ ਕੁਝ ਆਪਣੇ ਘਰਾਂ ਨੂੰ ਲੈ ਗਏ ਰਾਤ ਹੋਈ ਤਾਂ ਗਿੱਦੜਾਂ ਨੇ ਫੇਰ ਵੰਕੜਾ ਸ਼ੁਰੂ ਕੀਤਾ ਰਾਜੇ ਨੇ ਅਗਲੇ ਦਿਨ ਫੇਰ ਵਜ਼ੀਰ ਨੂੰ ਪੁੱਛਿਆ ਵਜ਼ੀਰ ਗਿੱਦੜ ਹਾਲ ਤਾਂ ਹੀ ਵੀ ਕੂਕਦੇ ਆ ਕਿ ਕੰਬਲਾਂ ਨਾਲ ਇਹਨਾਂ ਦਾ ਪਾਲਾ ਨਹੀਂ ਹਟਿਆ ਉਜੀਰ ਨੇ ਜਵਾਬ ਦਿੱਤਾ ਹਜੂਰ ਜਨਾਬ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ ਕਿ ਆਪਨੇ ਇਹਨਾਂ ਨੂੰ ਪਾਲੇ ਤੋਂ ਬਚਾਇਆ ਇਹ ਸੁਣ ਕੇ ਰਾਜਾ ਖੁਸ਼ ਨਾ ਹੁੰਦਾ ਤਾਂ ਹੋਰ ਕੀ ਹੁੰਦਾ ਵਿਦਿਆਰਥੀਆਂ ਦੇ ਇੱਕ ਟੂਰ ਵੇਲੇ ਚੰਬੇ ਅਸੀਂ ਇੱਕ ਧਰਮਸ਼ਾਲਾ 'ਚ ਰਹੇ ਹਰ ਲੜਕੇ ਨੇ ਖਾਣ ਨੂੰ ਘਰੋਂ ਕੁਝ ਨਾ ਕੁਝ ਲਿਆਂਦਾ ਸੀ ਮੇਰੇ ਪਾਸ ਮੂੰਗੀ ਦੀਆਂ ਪਿੰਨੀਆਂ ਸੀ ਮੈਂ ਬਾਜ਼ਾਰ ਸੈਰ ਕਰਨ ਨੂੰ ਗਿਆ ਤਾਂ ਜਦ ਪਰਤੇ ਆ ਦੇਖਿਆ ਪਿੰਨੀਆਂ ਗਾਇਬ ਸੀ ਸ਼ਾਮ ਨੂੰ ਮੈਂ ਵੇਖਿਆ ਜਿੰਨੇ ਚੋਰ ਸਨ ਬਾਰ-ਬਾਰ ਟੱਟੀ ਵੱਲ ਤੁਰੇ ਜਾਂਦੇ ਮੂੰਗੀ ਦਾ ਆਟਾ ਕੁਝ ਕੱਚਾ ਸੀ ਤੇ ਖਾ ਵੀ ਕੁਝ ਵੱਧ ਗਏ ਸੀ ਜਿਸ ਕਰਕੇ ਸਾਰਿਆਂ ਨੂੰ ਮੋਕ ਲੱਗ ਗਈ ਸਾਡੇ ਡੈਲੀਗੇਸ਼ਨ ਦਾ ਲੀਡਰ ਦੀਵਾਨ ਸਰ ਟੀ ਵਿਜੇ ਰਗਵਚਾਰੀ ਸੀ ਦਬਲਾ ਪਤਲਾ ਜਿਹਾ ਇਨਸਾਨ ਉਮਰ 70 ਸਾਲ ਪਰ ਦਿਲ ਦਾ ਜਵਾਨ ਜਦ ਔਰਤਾਂ ਨੂੰ ਉਹਦਾ ਨਾਂ ਲੈਣ 'ਚ ਦਿੱਕਤ ਆਉਂਦੀ ਤਾਂ ਕਹਿੰਦਾ ਮੈਨੂੰ ਡੀਅਰ ਹੀ ਕਹਿ ਲਿਆ ਕਰੋ ਰਾਉ ਬੜਾ ਚੰਗਾ ਬੋਲਦਾ ਸੀ ਤੇ ਜਦ ਸ਼ੁਰੂ ਹੋ ਜਾਂਦਾ ਤਾਂ ਸਪੀਚ ਮੁਕਾਣ ਦਾ ਨਾਂ ਨਾ ਲੈਂਦਾ ਇੰਝ ਮਾਲੂਮ ਹੁੰਦਾ ਜਿਵੇਂ ਨਲਕੇ ਦੀ ਟੂਟੀ ਖੁੱਲੀ ਰਹਿ ਗਈ ਹੈ ਜਵਾਲਾਮੁਖੀ ਦੇ ਸਫ਼ਰ 'ਚ ਸਾਡੇ ਨਾਲ ਲੋਕ ਗੀਤਾਂ ਦਾ ਇੱਕ ਸੰਗ੍ਰਹਿਕ ਵੀ ਸੀ ਬੀਬੀ ਦਾੜੀ ਲੰਮੇ-ਲੰਮੇ ਵਾਲ ਫੋਟੋਗ੍ਰਾਫੀ ਦਾ ਸ਼ੌਕੀਨ ਜਦ ਮੈਂ ਮੰਦਰ ਤੋਂ ਮੁੜ ਕੇ ਆਇਆ ਵੇਖਿਆ ਕਿ ਜੀਪ ਕੋਲ ਬੜੀ ਭੀੜ ਹੈ ਪਤਾ ਲਗਾ ਮੇਰੇ ਮਿੱਤਰ ਇੱਕ ਪਹਾੜੀ ਔਰਤ ਦੀ ਫੋਟੋ ਖਿੱਚਦੇ ਹੋਏ ਉਹਨੂੰ ਮੂੰਹ ਦਾ ਪੱਲਾ ਉੱਤੇ-ਥੱਲੇ ਕਰਨ ਦੀ ਹਿਦਾਇਤ ਦੇ ਰਹੇ ਸਨ ਕਿ ਉਪਰੋਂ ਦਾ ਪਤੀ ਆ ਗਿਆ ਰੌਲਾ ਪੈ ਗਿਆ ਕਿ ਕੋਈ ਪਾਕਿਸਤਾਨੀ ਫਕੀਰ Hindu ਔਰਤਾਂ ਦੀਆਂ ਤਸਵੀਰਾਂ ਖੇਚ ਰਿਹਾ ਹੈ ਫਿਰ ਕਿਸੇ ਕਿਸੇ ਨੇ ਬਾਹ ਫੜ ਕਿਸੇ ਨੇ ਕੋਟ ਫੜ ਖਿੱਚੋ ਤਾਨ ਕਰਨੀ ਸ਼ੁਰੂ ਕਰ ਦਿੱਤੀ। ਹਿੰਦੁਸਤਾਨ ਖਾਸ ਤੌਰ ਤੇ ਪੰਜਾਬ ਵਿੱਚ ਉਪਰੀਆਂ ਜਨਨੀਆਂ ਦੀ ਫੋਟੋਗ੍ਰਾਫੀ ਕਰਨੀ ਬੜੀ ਕਠਨ ਕਠਿਨ ਹੈ। ਹੋਰ ਨਹੀਂ ਤਾਂ ਇਹ ਕਹਿਣੋਂ ਨਹੀਂ ਟਲਦੀਆਂ ਜੇ ਫੋਟੋ ਖਿੱਚਣੀ ਹੈ ਤਾਂ ਆਪਣੀ ਮਾਂ ਦੀ ਖਿੱਚ ਭੈਣ ਦੀ ਖਿੱਚ ਤੋਂ ਹੱਥੋਂ ਕੀ ਲੈਣਾ। ਅਸੀਂ ਆਪਣੇ ਮਿੱਤਰ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਜੇ ਥਾਣੇਦਾਰ ਮੌਕੇ ਤੇ ਨਾ ਆ ਜਾਂਦਾ ਤਾਂ ਪਤਾ ਨਹੀਂ ਅਨਪੜ ਕਾਂਗੜਾ ਵਾਸੀ ਉਹਦੀ ਕੀ ਗੱਤ ਬਣਾਉਂਦੇ। ਉਹਨਾਂ ਨੂੰ ਸਮਝਾਇਆ ਗਿਆ ਕਿ ਪੰਜਾਬ ਦੇ ਟੈਗੋਰ ਹਨ ਤੇ ਇਹਨਾਂ ਨੇ ਲੋਕ ਗੀਤ ਇਕੱਠੇ ਕਰਕੇ ਪੰਜਾਬੀ ਸਹਿਤ ਦੀ ਬੜੀ ਸੇਵਾ ਕੀਤੀ ਹੈ ਫੋਟੋਗ੍ਰਾਫੀ ਵੀ ਇਹ ਸਭਿਆਚਾਰਕ ਨੁਕਤੇ ਤੋਂ ਹੀ ਕਰ ਰਹੀ ਹੈ ਇਹਨਾਂ ਦੀ ਕੋਈ ਮਾੜੀ ਨੀਅਤ ਨਹੀਂ ਸੀ ਉਹਨਾਂ ਸਿੱਧੇ ਸਾਦੇ ਪਹਾੜੀਆਂ ਨੂੰ ਕੀ ਪਤਾ ਸੀ ਵੀ ਅੱਜ ਕੱਲ ਕਾਂਗੜੇ 'ਚ ਐਸੇ ਉੱਚ ਪੱਧਰ ਦੇ ਯਾਤਰੀ ਵੀ ਆਉਂਦੇ ਆ ਉਹਨਾਂ ਨੂੰ ਹਾਲ ਤਾਂ ਹੀ ਪੰਜਾਬੀਆਂ ਦੀ ਧੱਕੇਸ਼ਾਹੀ ਦਾ ਤਜਰਬਾ ਸੀ ਜੋ ਉਹਨਾਂ ਦੀਆਂ ਸੁੰਦਰ ਤੀਵੀਆਂ ਨੂੰ ਬਹਿਕਾ ਕੇ ਮੈਦਾਨਾਂ 'ਚ ਲੈ ਜਾਂਦੇ ਸਨ ਪੈਲਗਾਮ ਦਰਿਆ ਦੇ ਕੰਢੇ ਇੱਕ ਧੋਬਣ ਕੱਪੜੇ ਧੋਂਦੀ ਸੀ ਮੈਂ ਦਰਿਆ ਦੇ ਕੰਢੇ ਬੈਠਾ ਸਾਹਮਣੇ ਦਿਯਾਰ ਦੇ ਜੰਗਲ ਦੇਖਦਾ ਸੀ ਇੱਕ ਪਹਾੜੀ ਆਇਆ ਤੇ ਕਹਿਣ ਲੱਗਾ ਤੁਸੀਂ ਮੇਰੀ ਧਰਮ ਪਤਨੀ ਵੱਲ ਦੇਖ ਰਹੇ ਹੋ ਮੈਂ ਜਵਾਬ ਦਿੱਤਾ ਕਿ ਮੇਰੀ ਧਰਮ ਪਤਨੀ ਮੇਰੇ ਨਾਲ ਹੈ ਤੇ ਉਸ ਮੋਟੀ ਜੀ ਤੀਵੀ ਦੇ ਮੁਕਾਬਲੇ ਜ਼ਿਆਦਾ ਖੂਬਸੂਰਤ ਹੈ ਇੱਕ ਬਾਲ ਪਾਸ ਹੀ ਬੈਠੀ ਸੀ ਮੈਂ ਕਿਹਾ ਜੇ ਸ਼ਕਤ ਤੇ ਦੇਖ ਲੈ ਤੇ ਮੁਕਾਬਲਾ ਕਰ ਲੈ ਗੱਪ ਗੋਸ਼ਟੀਆਂ ਚ ਬੋਦਲਾਂ ਵਾਲਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਤਦੋਂ ਸੀ ਮੁਲਕ ਰਾਜ ਆਨੰਦ ਦੀ ਟੋਲੀ ਨੂੰ ਲੈ ਕੇ ਜਲੰਧਰ ਤੋਂ ਆਪਣੇ ਪਿੰਡ ਬੋਦਲਾਂ ਗਏ ਤਸੀਰੀ ਤੇ ਡੋਲੀ ਮੁਲਕ ਰਾਜ ਆਨੰਦ ਦੀ ਪਤਨੀ ਤੇ ਸੈਕਟਰੀ ਵੀ ਸਾਡੇ ਨਾਲ ਸਨ ਉਹਨਾਂ ਦੇ ਪਤਲੂਨਾ ਪਾਈਆਂ ਵੇਖ ਕੇ ਪਿੰਡ ਦੇ ਜੱਟ ਵਾਇਗਰੂ ਵਾਇਗਰੂ ਕਰਨ ਲੱਗ ਪਏ ਮਹਿੰਦਰ ਸਿੰਘ ਬਹੁਤ ਮਿਹਨਤੀ ਵਿਦਿਆਰਥੀ ਸੀ ਲਾਹੌਰ ਕਾਲਜ ਦੀਆਂ ਲੈਬਾਰਟਰੀਆਂ ਵਿੱਚ ਤਜਰਬੇ ਕਰਦੇ ਆਂ ਰੋਜ਼ ਰਾਤ ਪੈ ਜਾਂਦੀ ਉਹ ਕਿਸੇ ਖੇਤ 'ਚ ਹਿੱਸਾ ਨਹੀਂ ਸੀ ਲੈ ਸਕਦਾ ਸਿਨੇਮਾ ਵੀ 6 ਸਾਲਾਂ 'ਚ ਸ਼ਾਇਦ 4-5 ਵਾਰੀ ਵੇਖਿਆ ਹੋਇਆ ਸੇਧ ਠੀਕ ਰੱਖਣ ਲਈ ਸਵੇਰੇ ਡੰਡ ਬੈਟਕਾਂ ਲਗਾ ਲੈਂਦਾ ਸ਼ਾਮ ਨੂੰ ਚੈਸਟ ਐਕਸਪੈਂਡਰ ਨਾਲ ਕਸਰਤ ਕਰ ਲੈਂਦਾ ਸੀ ਤੇ 1930 ਚ ਜਦੋਂ ਨੇ ਮਿਸੀ ਕੀਤੀ ਉਦੋਂ ਖੇਤੀ ਚ ਭਾਰੀ ਡਿਪਰੈਸ਼ਨ ਸੀ ਕਣਕ 1.5 ਰੁਪਏ ਮੰਨ ਵੇਚ ਰਹੀ ਸੀ ਕਿਸਾਨੀ ਦਾ ਬੁਰਾ ਹਾਲ ਸੀ ਰੰਧਾਵੇ ਨੇ ਲੈਕਚਰਾਰ ਬਣਨ ਦੀ ਸੋਚੀ ਖਾਲਸਾ ਕਾਲਜ ਅੰਮ੍ਰਿਤਸਰ ਚ ਬੋਟਨੀ ਦੀ ਪੋਸਟ ਨਿਕਲੀ ਉਦੋਂ ਕਾਲਜ ਦੇ ਕਰਤਾ ਤਰਤਾ ਸੁੰਦਰ ਸਿੰਘ ਮਜੀਠੀਆ ਸਨ ਰੰਦਾਵਾ ਆਪਣਾ ਵਧੀਆ ਸੂਟ ਪਾ ਕੇ ਟਾਈ ਲਾ ਕੇ ਬੂਟ ਪਾਲਿਸ਼ ਕਰਕੇ ਉਹਨਾਂ ਨੂੰ ਮਿਲਣ ਗਿਆ। 22 ਸਾਲ ਦੇ ਨੌਜਵਾਨ ਦੇ ਵਿਰਲੀ ਜੀ ਦਾੜੀ ਸੀ ਪਰ ਕੜਾ ਨਹੀਂ ਸੀ ਪਾਇਆ ਹੋਇਆ। ਮਜੀਠੀਏ ਸਰਦਾਰ ਨੇ ਨੌਜਵਾਨ ਰੰਦਾਵੇ ਨੂੰ ਨੀਚ ਨਾਲ ਵੇਖਿਆ ਤੇ ਪੁੱਛਿਆ ਕਿ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਰੰਦਾਵੇ ਨੇ ਜਵਾਬ ਦਿੱਤਾ ਜਾਣਦਾ ਪਰ ਕਰਦਾ ਨਹੀਂ। ਨਾਲ ਹੀ ਕਿਹਾ ਮੇਰਾ ਖਿਆਲ ਸੀ ਕਿ ਬਾਟਨੀ ਪੜਾਉਣ ਦੀ ਪੋਸਟ ਹੈ ਨਾ ਕਿ ਗਿਆਨੀ ਦੀ। ਡਾਕਟਰਾਂ ਦੇ ਦਾਅਵੇ ਨੇ ਬਾਅਦ ਚ ਲਿਖਿਆ ਕਿ ਇਸ ਤਰ੍ਹਾਂ ਦੇ ਸਵਾਲ ਸੁਣ ਕੇ ਮੇਰੇ ਮਨ 'ਚ ਬੜੀ ਘਿਰਨਾ ਹੋਈ ਕਿ ਇਹਨਾਂ ਮਜਬੂਰੀ ਸੰਸਥਾਵਾਂ 'ਚ ਅਕਲ ਤੇ ਇਲਮ ਦੀ ਕੋਈ ਕਦਰ ਹੀ ਨਹੀਂ ਮੈਂ ਅਨੁਭਵ ਕਰ ਲਿਆ ਕਿ ਸਰਦਾਰ ਜੀ ਨੇ ਮੈਨੂੰ ਪਸੰਦ ਨਹੀਂ ਕੀਤਾ ਤੇ ਨਾ ਹੀ ਮੈਂ ਉਹਨਾਂ ਨੂੰ ਪਸੰਦ ਕੀਤਾ ਉਹਦਾ ਦਿਲ ਪਹਿਲੀ ناکਾਮਯਾਬੀ ਤੋਂ ਬੜਾ ਦੁਖੀ ਹੋਇਆ ਫਿਰ ਉਹ ਆਈ ਐਸ ਇਮਤਿਹਾਨ ਦਾ 50 ਰੁਪਏ ਦਾਖਲਾ ਭੇਜ ਕੇ ਇਕਾਂਤ ਵਿੱਚ ਤਿਆਰੀ ਕਰਨ ਲਈ ਆਪਣੇ ਵੱਡੇ ਭਰਾ ਹਰਕਿਸ਼ਨ ਸਿੰਘ ਕੋਲ ਪਿੰਡ ਗੱਜ ਸਿੰਘਪੁਰ ਬੀਕਾਨੇਰ ਚ ਲੱਗਿਆ ਉੱਥੇ ਉਹ ਇੱਕ ਛੱਤੇ ਕੋਠੇ 'ਚ ਰਿਹਾ ਜਿਹਦੇ ਸਾਹਮਣੇ ਪਾਣੀ ਦੀ ਡਿੱਗੀ ਸੀ ਖਾਲਿਆਂ ਦੇ ਕੰਡੇ ਰਿੰਡਾਂ ਲਾਈਆਂ ਸਨ ਇੱਕ ਖਾਲੇ ਕੋਲੋਂ ਨੇ ਇੱਕ ਛੱਪਰ ਛਤਾਇਆ ਤੇ ਉਹਦੇ ਹੇਠ ਇੱਕ ਢਿੱਲੀ ਜੀ ਮੁੰਜ ਦੀ ਮੰਜੀ ਰੱਖ ਲਈ ਉੱਥੇ ਇੱਕ ਮੋਟਾ ਜਿਹਾ ਖੱਦਰ ਦੇ ਗਲਾਫ ਵਾਲਾ ਗੋਲ ਤਕੀਆ ਢੋਲਣ ਲਈ ਰੱਖ ਲਿਆ ਤੇ ਉੱਥੇ ਉਹਨੇ ਸਵੇਰੇ 7 ਵਜੇ ਦੁੱਧ ਪੀ ਕੇ ਪੜਨ ਲੱਗ ਪੈਣਾ ਦੁਪਹਿਰੇ ਦਹੀਂ ਤੇ ਮਾਂ ਦੀ ਦਾਲ ਨਾਲ ਦੋ ਫੁਲਕੇ ਖਾਣੇ ਤੇ ਸ਼ਾਮ 6 ਵਜੇ ਤੱਕ ਪੜਦੇ ਰਹਿਣਾ ਫਿਰ ਇੱਕ ਘੰਟਾ ਖਾਲੇ ਦੇ ਕੰਡੇ ਸੈਰ ਕਰਨੀ ਸਿੱਟਾ ਨਿਕਲਿਆ ਕਿ 1931 ਚ ਹੋਏ ਆਈਸੀਐਸ ਦੇ ਇਮਤਿਹਾਨਾਂ ਚ ਉਹਦਾ 19ਵਾਂ ਨੰਬਰ ਆਇਆ ਜਿਸ ਨਾਲ ਉਹ ਆਈਐਸ ਚ ਨਾ ਆ ਸਕਿਆ 1932 ਚ ਨੇ ਹੋਰ ਤਿਆਰੀ ਕਰਕੇ ਇਮਤਿਹਾਨ ਦਿੱਤਾ ਤਕਰੀਬਨ ਇੱਕ ਮਹੀਨਾ ਪਰਚੇ ਹੁੰਦੇ ਰਹੇ ਨਤੀਜਾ ਨਿਕਲਿਆ ਤਾਂ ਉਹ ਪੰਜਵੇਂ ਸਥਾਨ ਤੇ ਰਿਹਾ ਜਿਸ ਨਾਲ ਉਹਦੀ ਆਈਐਸ ਲਈ ਚੋਣ ਹੋ ਗਈ ਕੁਝ ਦਿਨ ਪਿੰਡ ਰਹਿ ਕੇ ਉਹ ਸ਼ਿਮਲੇ ਦੀ ਸੈਰ ਕਰਨ ਚਲਾ ਗਿਆ ਉਹਨੇ ਲਿਖਿਆ ਕਿ ਮੈਂ ਸਵੇਰੇ ਰੋਟੀ ਖਾ ਕੇ ਚੀਲ ਦੇ ਜੰਗਲਾਂ ਵੱਲ ਚਲਾ ਜਾਂਦਾ ਉਹਨਾਂ ਦੀ ਛਾਂ ਹੇਠ ਆਰਾਮ ਕਰਦਾ ਹਵਾ ਚੀਲ ਦੇ ਬਰੋਜ਼ੇ ਦੀ ਖੁਸ਼ਬੂ ਨਾਲ ਭਰੀ ਹੁੰਦੀ ਪੱਤਿਆਂ ਦੀ ਥਾਂ ਸ਼ਾਂ ਸ਼ਾਂ ਦਾ ਰਾਗ ਮਨ ਨੂੰ ਬੜੀ ਸ਼ਾਂਤੀ ਦਿੰਦਾ ਬੁਰਾਸ ਤੇ ਲਾਲ ਫੁੱਲਾਂ ਦੇ ਗੁੱਛੇ ਪਹਾੜਾਂ ਨੂੰ ਹੋਰ ਵੀ ਸ਼ੋਭਾ ਦਿੰਦੇ ਸਾਹਮਣੇ ਪਹਾੜਾਂ ਤੇ ਪਹਾੜਾਂ ਨਾ ਮੋਤੀਆਂ ਮਣਕਿਆਂ ਦੀਆਂ ਕੰਠੀਆਂ ਪਾਈ ਦਾਤੀਆਂ ਨਾਲ ਘਾਵੜਦੀਆਂ ਪਹਾੜਾਂ ਦੀ ਚੁੱਪ ਤੇ ਸ਼ਾਂਤੀ ਨੇ ਮੈਨੂੰ ਫੇਰ ਨੌਂਬਰ ਨੌਂ ਕਰ ਦਿੱਤਾ ਤੇ ਮੇਰੇ ਦਿਮਾਗ ਤੋਂ ਇਮਤਿਹਾਨ ਦਾ ਬਹੁਤ ਸਾਰਾ ਬੋਝ ਉਤਰ ਗਿਆ 1932 ਤੋਂ 34 ਤੱਕ ਉਹਦਾ ਇੰਗਲੈਂਡ ਉਹਦੀ ਇੰਗਲੈਂਡ ਚ ਟ੍ਰੇਨਿੰਗ ਹੋਈ। ਉਹਨੇ ਦਿਨ ਇੰਗਲੈਂਡ ਗਏ ਭਾਰਤੀ ਨੌਜਵਾਨ ਮੀਮਾ ਵਿਆਹ ਲਿਆਉਂਦੇ ਸੀ। ਮੀਮਾ ਦੇ ਡਰੋਂ ਦਾ ਵਿਆਹ ਇੰਗਲੈਂਡ ਜਾਣ ਤੋਂ ਪਹਿਲਾਂ ਹੀ ਕਰਤਾ ਗਿਆ। ਉਹਦੀ ਪਤਨੀ ਇਕਬਾਲ ਕੌਰ ਦੀ ਉਮਰ ਉਦੋਂ 17 ਸਾਲ ਦੀ ਸੀ। ਡੋਲੀ ਲੈ ਕੇ ਮੁੜੇ ਤਾਂ ਪਿੰਡ ਦਾ ਰਸਤਾ ਕੱਚਾ ਹੋਣ ਕਰਕੇ ਮੋਟਰ ਗਰਨਾ ਸਾਹਿਬ ਛੱਡੀ ਤੇ ਉਥੋਂ ਲਾੜੀ ਡੋਲੇ ਤੇ ਸਵਾਰ ਹੋਈ ਤੇ ਲਾੜਾ ਘੋੜੀ ਤੇ ਇੰਗਲੈਂਡ 'ਚ 2 ਸਾਲ ਰਹਿ ਕੇ ਰੰਦਾਵੇ ਨੇ ਜੋ ਪ੍ਰਭਾਵ ਲਏ ਉਹਨਾਂ ਦਾ ਜ਼ਿਕਰ ਉਹਨੇ ਇੰਜ ਕੀਤਾ ਮੈਂ ਕਈ ਵਾਰ ਸੋਚਦਾ ਸਾਡੇ ਤੇ ਪੱਛਮੀ ਲੋਕਾਂ ਦਾ ਕਿੰਨਾ ਵੱਡਾ ਫਰਕ ਹੈ ਸਾਡੇ ਲੋਕ ਮੁਹੱਬਤੀ ਹਨ ਪਰਉਣਾਚਾਰੀ 'ਚ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਦੇ ਵੀ ਉਪਰੇ ਆਦਮੀ ਨੂੰ ਪਿੰਡ ਵਿੱਚੋਂ ਭੁੱਖਾ ਨਹੀਂ ਜਾਣ ਦੇਣਗੇ ਚਾਹੇ ਆਪ ਕਿੰਨੇ ਵੀ ਗਰੀਬ ਕਿਉ ਨਾ ਹੋਣ ਇਹਨਾਂ ਦੇ ਮੁਕਾਬਲੇ ਪੱਛਮੀ ਗੋਰੇ ਖੁਦਗਰਜ਼ ਤੇ ਕੋਰੇ ਤੇ ਪੈਸੇ ਹੀ ਨਾ ਪੈਸਾ ਹੀ ਇਹਨਾਂ ਦਾ ਮਾਂ-ਬਾਪ ਹੈ ਭਾਵੇਂ ਕਿੰਨੇ ਵੀ ਅਮੀਰ ਹੋਣ ਬਗੈਰ ਮਤਲਬ ਤੋਂ ਕਦੇ ਵੀ ਅੱਖ ਨਹੀਂ ਮਿਲਾਉਣਗੇ ਇਨਾਂ ਦੇ ਮੂੰਹ ਗੋਰੇ ਆ ਤੇ ਹਿਰਦੇ ਕਠੋਰ ਸਾਡੇ ਗਰੀਬ ਕਿਸਾਨਾਂ ਦੇ ਭਾਵੇਂ ਲੀਰਾਂ ਹੀ ਲਮਕਦੀਆਂ ਹੁਣ ਕਿੰਨੇ ਨਿੱਗੇ ਸੁਭਾ ਦੇ ਹਨ ਆਪਣਾ ਕੰਮ ਛੱਡ ਕੇ ਪਰੌਣੇ ਨੂੰ ਸਿਰ ਤੇ ਚੁੱਕ ਲੈਂਦੇ ਐ ਠੀਕ ਐ ਲੰਡਨ ਭਾਵੇਂ ਲੱਖਾਂ ਆਦਮੀਆਂ ਤੇ ਤੀਵੀਆਂ ਨਾਲ ਭਰਿਆ ਪਿਆ ਪਰ ਉਪਰੇ ਆਦਮੀ ਲਈ ਜਿਹਦਾ ਕੋਈ ਦੋਸਤ ਮਿੱਤਰ ਨਾ ਹੋਵੇ ਇਹ ਅਰਬ ਦੇ ਰੇਗਿਸਤਾਨ ਤੋਂ ਵੀ ਸੁੰਨੀ ਜਗ੍ਹਾ ਐ 23 ਸਤੰਬਰ 1934 ਨੂੰ ਨੇ ਇੰਡੀਅਨ ਸਿਵਲ ਸਰਵਿਸ ਦੀ ਹਾਜ਼ਰੀ ਭਰੀ 1934 ਤੋਂ 1936 ਤੱਕ ਸਹਾਰਨਪੁਰ ਸਹਾਇਕ ਮੈਜਿਸਟ੍ਰੇਟ 36 ਤੇ 38 ਤੱਕ ਜੁਆਇੰਟ ਮੈਜਿਸਟ੍ਰੇਟ ਫੈਜ਼ਾਬਾਦ ਤੇ 39 ਵਿੱਚ ਅਲਮੋੜਾ ਰਿਆ 1939 40 ਲਾਹੌਰਬਾਦ ਦਾ ਐਡੀਸ਼ਨਲ ਮੈਜਿਸਟ੍ਰੇਟ ਤੇ ਕਲੈਕਟਰ ਲਾਹੌਰਬਾਦ ਅਸਲੀ ਮੈਨਿਆਂ ਵਿੱਚ ਵਕੀਲਾਂ ਦਾ ਸ਼ਹਿਰ ਹੈ ਲਾਹੌਰਬਾਦ ਦੇ ਜ਼ਿਲ੍ਹੇ ਵਿੱਚ ਦੋ ਤਹਿਸੀਲਾਂ ਵਿੱਚੋਂ ਗੰਗਾ ਵਗਦੀ ਹੈ ਇਹਨਾਂ ਤਹਿਸੀਲਾਂ 'ਚੋਂ ਗੰਗਾ ਵਹਿੰਦੀ ਹੈ ਉੱਥੋਂ ਦੇ ਲੋਕ ਬੜੇ ਤੰਦਰੁਸਤ ਜਿਨ੍ਹਾਂ ਤਹਿਸੀਲਾਂ 'ਚੋਂ ਗੰਗਾ ਵਹਿੰਦੀ ਹੈ ਉਥੋਂ ਦੇ ਲੋਕ ਬੜੇ ਤੰਦਰੁਸਤ ਹੈ ਤੇ ਜਿਨ੍ਹਾਂ ਤੇ ਸੀਲਾਂ ਚੋਂ ਯਮਨਾ ਗੁਜ਼ਰਦੀ ਹੈ ਉਥੋਂ ਦੇ ਲੋਕ ਕਮਜ਼ੋਰ ਤੇ ਬਿਮਾਰ ਜੇ ਦਿਖਾਈ ਦਿੰਦੇ ਆ। ਇਹੀ ਵਜ੍ਹਾ ਸੀ ਕਿ ਮੁਗਲ ਬਾਦਸ਼ਾਹ ਵੀ ਪੀਣ ਲਈ ਗੰਗਾ ਦਾ ਪਾਣੀ ਮੰਗਵਾਉਂਦੇ ਸੀ। ਤਲਕੇਦਾਰ ਸਾਰਾ ਦਿਨ ਬੱਕਰੀਆਂ ਵਾਂਗ ਪਾਣ ਚਬਦੇ ਰਹਿੰਦੇ। ਜਦ ਕਿਸੇ ਤਲਕੇਦਾਰ ਨੂੰ ਮੋਟਰ ਖਰੀਦਣ ਦੀ ਲੋੜ ਹੁੰਦੀ ਤਾਂ ਆਪਣੇ ਮੁਜ਼ਾਰਿਆਂ ਤੋਂ ਮੋਟਰਾਂ ਨੂੰ ਇਕੱਠਾ ਕਰ ਲੈਂਦੇ। ਤੇ ਹਾਥੀ ਖਰੀਦਣਾ ਤਾਂ ਹਥਿਆਵਨ ਤੇ ਲਾਟ ਸਾਹਿਬ ਦੇ ਦੌਰੇ ਵੇਲੇ ਲਟਿਆਵਨ ਹਰੇਕ ਕਾਸਤਕਾਰ ਨੂੰ ਮੋਟਰਾਂ ਨਾਲ ਹੱਥੇ ਆਵਨ ਤੇ ਲਟਿਆਵਨ ਦੇਣਾ ਪੈਂਦਾ। ਅਲਾਹਾਬਾਦ ਤੋਂ ਰੰਦਾ ਵਿਦੀ ਬਦਲੀ ਆਗਰੇ ਦੇ। ਆਗਰਾ ਤੇ ਆਗਰੇ ਤੋਂ 1942 ਤੋਂ 45 ਤੱਕ ਬਤੌਰ ਡਿਪਟੀ ਕਮਿਸ਼ਨਰ ਰੈਬਰੇਲੀ ਦੀ ਹੋ ਗਈ। 1945-46 ਦੌਰਾਨ ਉਹ ਦਿੱਲੀ ਚ ਖੇਤੀਬਾੜੀ ਕੌਂਸਲ ਦਾ ਸਕੱਤਰ ਰਿਹਾ। ਫਿਰ ਦਿੱਲੀ ਚ ਦੰਗੇ ਸ਼ੁਰੂ ਹੋ ਗਏ ਤੇ ਇੱਕ ਦਿਨ ਸਰਦਾਰ ਵੱਲਭ ਭਾਈ ਪਟੇਲ ਨੇ ਉਹਨੂੰ ਹੋਮ ਮਿਨਿਸਟਰੀ ਦੇ ਦਫ਼ਤਰ ਸੱਦਿਆ ਤੇ ਕਿਹਾ ਅਸੀਂ ਤੁਹਾਨੂੰ ਦਿੱਲੀ ਦਾ ਡਿਪਟੀ ਕਮਿਸ਼ਨਰ ਲਾਉਣਾ ਸੋਚ ਰਹੇ ਹਾਂ। ਸਾਨੂੰ ਅੰਗਰੇਜ਼ ਡਿਪਟੀ ਕਮਿਸ਼ਨਰ ਲੀ ਬੇਲੀ ਤੇ ਇਤਬਾਰ ਨਹੀਂ ਰੰਦਾਵੇ ਨੇ ਹਾਮੀ ਭਰ ਦਿੱਤੀ ਹਾਲਾਂਕਿ ਉਹ ਨਹੀਂ ਦਿਨੀ ਇਹ ਜ਼ਿੰਮੇਵਾਰੀ ਲੈਣੀ ਉਖਲੇ ਚ ਸਿਰ ਦੇਣ ਬਰਾਬਰ ਸੀ ਤੁਹਾਨੂੰ ਆਦ